ਕਈ ਮੁਲਕਾਂ 'ਚ ਆਂਡੇ ਦੀ ਬੜੀ ਇੱਜ਼ਤ ਕੀਤੀ ਜਾਂਦੀ ਹੈ। ਉਹਨੂੰ ਇੱਕ ਸਦੀ ਤੱਕ ਰੱਖਿਆ ਜਾਂਦਾ ਹੈ। ਸਾਫ਼-ਸੂਫ਼ ਕਰਕੇ ਪ੍ਰੀਜ਼ਰਵਰਸ ਲਾ ਕੇ ਤਾਂ ਕਿ ਉਹ ਬਚ ਜਾਏ। ਹੁਣ ਇੱਕ ਆਂਡਾ ਖਾਣ ਵਾਸਤੇ ਤੁਸੀਂ ਇੱਕ ਸਦੀ ਜੀਣਾ ਹੈ। ਤੇ ਉਹ ਨਹੀਂ ਦੇ ਜੇ ਤੁਸੀਂ ਆਂਡਾ ਖਾਣਾ ਨਹੀਂ। ਹੁਣ 100 ਸਾਲ ਬਾਅਦ ਆਂਡਾ ਤੇ ਰਹਿ ਜਾਏਗਾ ਬੰਦਾ ਨਹੀਂ ਰਹਣਾ। ਵਾਲਾ ਇੱਕ ਆਂਡਾ ਖਾਣਾਸਤੇ ਇੰਨਾ ਇੰਤਜ਼ਾਰ ਮੇਰੇ ਕੋਲ ਤਾਂ ਨਹੀਂ ਹੁੰਦਾ ਤੇ ਫਿਰ ਆਂਡਾ ਤੇ ਰਹਿ ਜਾਏਗਾ ਕਿਉਂਕਿ ਉਹਦੇ ਨਾਲ ਪ੍ਰੀਜ਼ਰਵਰਸ ਲੱਗੇ ਹੁੰਦੇ ਨੇ ਜਿਹੜੇ ਕਿ ਉਹਨੂੰ ਮਹਿਫੂਜ਼ ਰੱਖਦੇ ਨੇ 100 ਸਾਲ ਤੱਕ ਵੀ ਪਰ ਤੁਸੀਂ 니ਜੇ ਰਹਿਣਾ ਕਿਉਂਕਿ ਤੁਹਾਡੇ ਨਾਲ ਨਹੀਂ ਜੇ ਲੱਗੇ ਆਪਣੇ ਪ੍ਰੀਜ਼ਰਵਰਸ ਦੇਖ ਲਓ ਕੀ ਜੇ ਅਸੀਂ ਜ਼ਿਆਦਾ ਅੱਛੀਆਂ ਦਵਾਈਆਂ ਖਾਵਾਂਗੇ ਤੇ ਜ਼ਿੰਦਾ ਰਵਾਂਗੇ ਜ਼ਿਆਦਾ ਦੇਰ ਤੱਕ ਵਰਜ਼ਿਸ਼ ਕਰਾਂਗੇ ਤੇ ਠੀਕ ਰਵਾਂਗੇ ਪਤਾ ਨਹੀਂ ਕਿਹੜੇ ਕਿਹੜੇ ਟੌਨਿਕ ਲਵਾਂਗੇ ਤੇ ਫਿਰ ਜਿੰਦੇ ਰਵਾਂਗੇ ਫਲਾਣੀ ਫਲਾਣੀ ਚੀਜ਼ ਸੇ ਇਤਨੀ ਉਮਰ ਦਰਾਜ਼ ਹੁੰਦੀ ਹੈ ਔਰ ਫਲਾਣੀ ਚੀਜ਼ ਸੇ ਇਤਨੀ ਉਮਰ ਦਰਾਜ਼ ਹੁੰਦੀ ਹੈ ਇਹ ਬੜੀ ਦਾ ਫਕਿਆ ਜਾਂਦਾ ਹੈ ਬਹੁਤ ਸਾਰੇ ਲੋਕਾਂ ਦੇ ਜ਼ਰੀਏ ਤੇ ਫਿਰ ਤੁਹਾਡੇ ਪ੍ਰੀਜ਼ਰਵਰਸ ਕੰਮ ਨਹੀਂ ਆਣਗੇ ਜਦੋਂ ਮੌਤ ਆਣੀ ਹੈ ਨਾ ਤੇ ਵਰਜਿਸ਼ ਕਮ ਆਏਗੀ ਨਾ ਦਵਾਈਆਂ ਸਿਰਫ ਇੱਕੋ ਹੀ ਹਸਤੀ ਕਮ ਆਏਗੀ ਓ ਮੇਰਾ ਖੁਦਾਵੰਦ ਇਹ ਯਿਸੂ ਮਸੀ ਓਦੇ ਤੇ ਈਮਾਨ ਲਿਆਓ ਤੇ ਮਾਫੀ ਮੰਗੋ ਤੇ ਤੋਬਾ ਕਰੋ ਆਪਣੇ ਗੁਨਾਹਾਂ ਤੋਂ ਖੁਦਾਵੰਦ ਤਾਨੂੰ ਬਖਸ਼ ਦੇਗਾ ਤੇ ਹਮੇਸ਼ਾ ਦੀ ਜ਼ਿੰਦਗੀ ਵੀ ਦੇਗਾ ਆਂਡਾ ਖਾ ਕੇ ਵੀ 100 ਸਾਲ ਬਾਅਦ ਬੰਦੇ ਨੇ ਮਾਰ ਹੀ ਜਾਣਾ ਤੇ ਫਿਰ ਪਹਿਲੋ ਹੀ ਖਾ ਲਓ ਤੇ ਫਿਰ ਗੰਦਮੰਦ ਪਾ ਲੋ ਉਹਦੇ ਉੱਤੇ ਜੋ ਉਹਦੋਂ ਪਾਉਂਦੇ ਹੋ ਅਗਰ ਟੇਸਟ ਉੰਜੇ ਦਾ ਹੀ ਬਣਾਣਾ ਹੈ ਤੇ ਗੱਲ ਇਹ ਵੇ ਇਨਸਾਨ ਦੀ ਸੋਚ ਮ hạnੂਦ ਏ ਉਹ ਸੋਚਦਾ ਨਹੀਂ ਕਿ ਇਹਦਾ ਰਿਜ਼ਲਟ ਕੀ ਏ ਕੀ ਇਹਦਾ ਨਾਲ ਕੋਈ ਫਾਇਦਾ ਹੋਏਗਾ ਜਾਂ ਨਹੀਂ ਜੋ ਕੰਮ ਤੁਸੀਂ ਕਰ ਰਹੇ ਹੋ ਅਰਸੇ ਤੋਂ ਉਹਦੇ ਤੇ ਗੌਰ ਕਰੋ ਉਹ ਕੋਈ ਵੀ ਕੰਮ ਏ ਤਾਨੂੰ ਪਤਾ ਲੱਗ ਜਾਏਗਾ ਇਹਦਾ ਅੰਜਾਮ ਕੀ ਏ ਕੁਝ ਅਰਸੇ ਦੇ ਬਾਅਦ ਕਿਉਂਕਿ ਆਂਡਾ ਸੜ ਜਾਂਦਾ ਕੁਝ ਅਰਸੇ ਦੇ ਬਾਅਦ ਤੇ ਜਿੰਨਾ ਵੀ ਪ੍ਰੀਜ਼ਰਵ ਕਰੋਗੇ ਉਹ ਨਹੀਂ ਖਰਾਬ ਹੀ ਹੋਣਾ ਆਖਰ ਕਿਉਂਕਿ ਹਰ ਚੀਜ਼ ਦਾ ਇੱਕ ਵਕਤ ਈ ਬਾਈਬਲ ਦੇ ਮੁਤਾਬਿਕ ਪੈਦਾ ਹੋਣ ਦਾ ਇੱਕ ਵਕਤ ਈ ਮਰਨ ਦਾ ਇੱਕ ਵਕਤ ਈ ਤੁਸੀਂ ਗੌਰ ਕਰੋ ਆਪਣੇ ਕੰਮਾਂ ਤੇ ਕੀ ਤੁਹਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਹੈ ਕੀ ਤੁਸੀਂ ਹਮੇਸ਼ਾ ਜ਼ਿੰਦਾ ਰਹਿ ਸਕਦੇ ਹੋ ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਹਮੇਸ਼ਾ ਜ਼ਿੰਦਾ ਰਹੋਗੇ ਖੁਦਾਵੰਦ ਯਸੂ ਮਸੀਹੇ ਇਹ ਯਕੀਨ ਹੁੰਦਾ ਹੈ ਕਿਉਂਕਿ ਤੁਸੀਂ ਵੇਖ ਲੈਂਦੇ ਹੋ ਆਪਣਾ ਅੰਜਾਮ ਅਸਮਾਨ ਦੀ ਸੈਰ ਕਰ ਸਕਦੇ ਹੋ ਇੱਥੇ ਬੈਠੇ ਬੈਠੇ ਰੋਇਆ ਦੇ ਵਿੱਚ ਤੁਸੀਂ ਵੇਖ ਲੈਂਦੇ ਹੋ ਕਿ ਅਸਮਾਨ ਕਿਹੋ ਜਿਹਾ ਹੈ ਮੈਂ ਖੁਦ ਵੀ ਦੇਖਿਆ ਉਹ ਬਹੁਤ ਖੂਬਸੂਰਤ ਹੈ ਬਹੁਤ ਸਾਰੀਆਂ ਚੀਜ਼ਾਂ ਮਨੁਖਾਵਨ ਨੇ ਇੱਥੇ ਬੈਠੇ ਬੈਠੇ ਦਿਖਾਈਆਂ ਨੇ ਮੈਂ ਆਪਣੀ ਮਾਂ ਨੂੰ ਵੀ ਮਿਲ ਕੇ ਆਈਆਂ ਅਸਮਾਨ ਤੇ ਤੇ ਆਪਣੇ ਬਾਪ ਨੂੰ ਵੀ ਜਿਹੜੇ ਇਸ ਦੁਨੀਆ 'ਚ ਨਹੀਂ ਤੁਸੀਂ ਵੀ ਕਰ ਸਕਦੇ ਹੋ ਇੰਝ ਖੁਦਾਵੰਤਾਂ ਨੂੰ ਬੜੀ ਬਰਕਤ ਹੋਵੇ ਤੇ ਨਜਾਤ ਅਕਸ਼ੇ